हाँ जी किसान वीरों स्वागत है तुहाड़ा अपने यूट्यूब चैनल बाबा डेयरी फार्म दे उत्ते। जी अज दी वीडियो विच आपां दो मझां ते भाई चार गावां सेर लई लै के आए जी। आओ पुछ लैने भाई तुहाडे ते। भाई जी सति श्री अकाल। सति श्री अकाल जी। हो ठीक हो जी? हाँ जी वधिया वधिया। नाम ते एड्रेस बोलो। नाम करते आ पिंड ढलवां जिला बरनाला तहसील तपा। नेड़े तपा जी? तपा हाँ 4 किलोमीटर। मोबाइल नंबर बोलो। 84273-10778। ठीक है भाई। ਭਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇਖਦੇ ਆ, ਖੋਲ ਲਾ ਬਈ ਨਾ ਤੋੜ ਕੇ ਦਿਖਾਵਾਂਗੇ। ਕਿਹੜਾ ਸੂਆ ਸੁੰਦੀ ਆ ਇਹ? ਇਹ ਸੂਆ ਬਈ ਐਤਕੀ ਤੀਜੇ ਤੇ ਸੂਗੀ। ਤੇ ਦਿਨ ਇਹਦੇ ਹਜੇ ਸੇਵਾ ਹੈ, 5 ਤੇ 6 ਦੇ ਵਿਚਾਲੇ ਜੇ ਬਾਕੀ ਆ। ਠੀਕ ਆ। ਤੇ ਦੁੱਧ ਦੀ 14 ਕਿਲੋ ਦੀ ਆਪਣੀ ਜ਼ਿੰਮੇਵਾਰੀ। ਠੀਕ ਆ। ਹਾਂ ਇਹ ਖਾਸ ਕਰਕੇ ਜੋਧਪੁਰ ਚੀਮਿਆਂ ਦੀ ਮੈਂ ਆਪਣੇ ਇਲਾਕੇ ਦੀ। ਠੀਕ ਆ ਬਈ। ਹਾਂ ਤੇ ਉਹ ਭੂਰੇ ਰੰਗ ਚ ਵੀ ਪੈਂਦੀ ਆ? ਪੂਰੀ ਭੂਰੀਆਂ ਚ। ਭੂਰੀਆਂ ਚ ਪੈਂਦੀ। ਹਾਂ ਠੀਕ ਆ। ਤੇ ਸ਼ੀਲ ਡੰਡੀ ਥਣਾ ਥਣਾ ਦੀ ਬਹੁਤ ਮੈਂ ਓਕੇ ਆ। ਠੀਕ ਆ ਬਈ। ਥਾਣ ਦੇਖੋ ਬਈ ਚਾਰੇ ਨਿਖੜਵੇਂ ਪੂਰੇ ਗੈਸ ਤੇ ਆ। ਦਿਨ ਕਰਮ ਵਾਲੀ ਲੈਂਦੀ ਆ, ਉਹਦੇ ਨੂੰ ਆਰਡਰ ਦੀ ਕੁਆਲਿਟੀ ਨੇ ਵਧੀਆ ਤਿਆਰ ਕਰ ਲੈਣੀ ਆ। ਫੇਸ ਬਿਊਟੀ ਵੀ ਬਈ ਚੰਗੀ ਆ। ਕੀ ਮੁੱਲ ਆ ਬਈ ਇਹਦਾ? ਮੁੱਲ ਡਾਕਟਰ ਦਾ ਆਪਾਂ 90 ਕਰਦੇ ਆ, 85 ਦੀ ਦੇਣੀ ਆ ਆਪਾਂ। ਠੀਕ ਆ ਬਈ। 90,000 ਰੁਪਇਆ ਮੁੱਲ ਆ, 85,000 ਦੀ ਬਈ ਕਹਿੰਦਾ ਮਾਝੇ। ਦੁੱਧ 14 ਕਿਲੋ ਦੀ ਆਪਾਂ ਜ਼ਿੰਮੇਵਾਰੀ ਲਵਾਂਗੇ ਮੈਂ ਜੀ ਯਾਰ। ਠੀਕ ਆ। ਆਰਡਰ ਮੈਂ ਨਗੀਨੇ ਹੀ ਆ। ਮੈਂ ਕਹਿੰਦਾ ਬਾਕਾ ਚੰਗਾ ਦੇ ਆਰਡਰ ਦੇ। ਬਾਕੀ ਸ਼ੀਲ ਠੰਡੀ ਆ ਗਾਈਆਂ ਵਰਗੀਆਂ ਦੇ। ਲੈ ਕੇ ਲਾ ਲੈ ਥਾਣਾ ਜਿਵੇਂ ਲੈ ਬਈ ਮਰਜ਼ੀ ਹੱਥ ਫੇਰੀ ਜਾਵੇ ਬਈ ਕਹਿੰਦਾ ਕੋਈ ਚੱਕਰ ਨਹੀਂ। ਗਾਵਾਂ ਵਾਂਗੂ ਲੈ ਕੂਚ ਚੱਕ ਕੇ ਖੜਦੀ ਆ। ਥਣ ਬਹੁਤ ਚੰਗਾ ਨਿਕਲੂ ਹਨਾ, ਕੱਚੀ ਕੱਚੀ ਚਵਾਈ ਪੂਰੀ ਓਕੇ ਦੀ ਰਿਪੋਰਟ ਆ, ਚੀਜ਼ੀ ਵਰਗੀ ਚਵਾਈ ਬਣੂਦੀ। 2 ਨੰਬਰ ਕੀ ਡਿਟੇਲ ਆ ਜੀ? ਇਹ ਬਾਈ 2 ਮਹੀਨੇ ਦੀ ਸੂਈ ਵੀ ਆ। ਯਾਨੀ ਕਿ ਅੱਜ ਦੇ ਥੱਲੇ 7 ਲੀਟਰ ਦੁੱਧ ਹਾਜ਼ਰ ਆ। ਇਹ ਪਰਸੋਂ ਮੰਡੀ ਤੋਂ ਲਈ ਆ। ਠੀਕ ਆ। ਬੱਚਾ ਇਹਦਾ? ਬੱਚਾ ਇਹਦੇ ਮਗਰ ਕੱਟਾ ਉਹ ਖੜਾ ਹੈਗਾ। ਠੀਕ ਹੈ ਜਿਹੜਾ ਖੜਾ। ਠੀਕ ਹੈ ਬੱਚਾ ਵੀ ਦੁੱਧ 8-9 ਕਿਲੋ ਦੀ ਇਹਦੀ ਵੀ ਆਪਾਂ ਜ਼ਿੰਮੇਵਾਰੀ ਲੈ ਲਾਂਗੇ। 8 ਤੇ 9 ਦੇ ਵਿਚਾਲੇ ਦੁੱਧ ਨੇ ਦੇਣਾ, ਬਾਕੀ ਚਲੋ ਜਿਹੀ ਅਗਲੇ ਦੀ ਸੇਵਾ ਹੁੰਦੀ। ਚਵਾਈ ਚਵਾਈ ਕਿਵੇਂ? ਚਵਾਈ ਚ ਵੀ ਓਕੇ ਆ ਜਮਾ। ਮੋੜ ਲਿਆ ਬਾਈ। ਤੇ ਸੀਲ ਬਹੁਤ ਆ, ਖਾਣ ਪੀਣ ਨੂੰ ਵੀ ਬਥੇਰੀ ਖੁੱਲੀ ਹੈ। ਮੁੱਲ ਕੀ ਇਹਦਾ? ਮੁੱਲ ਮੁੱਲ ਇਹਦਾ ਆਪਾਂ ਡਾਕਟਰ ਬਸ 55 ਮੁੱਲ ਕਰਦੇ ਆ, 53 ਦੀ ਇਹ ਵੀ ਦੇਣੀ। 55 ਮੁੱਲ ਆ, 53 ਬਾਈ ਕਹਿੰਦਾ ਦੇ ਦਿਆਂਗੇ। ਆਰਡਰ ਦੇਖ ਲਓ ਬਾਈ ਨੇੜ ਤੋਂ। ਚਾਰੇ ਥਣ ਨਿਕਲਣ ਮੇ ਪੂਰੇ ਗਏ। ਹਾਂ ਲੈ ਬਈ ਪੂਰੀ ਓਕੇ ਆ, ਮੈਂ ਪੂਰੀ ਚੰਗੀ ਹੈ। ਠੀਕ ਆ ਬਾਈ। ਬਾਕੀ ਹਜੇ ਮੰਡੀ ਲੱਗਿਆ ਦੁੱਧ, ਇਹ 2-2.5 ਲੀਟਰ ਹੋਰ ਵਾਜੂ। ਠੀਕ ਆ। 3 ਨੰਬਰ ਬਾਈ ਖੋਲ ਲੈ ਇਹਨੂੰ ਵੀ। ਕੀ ਡਿਟੇਲ ਆ ਬਾਈ ਇਹਦੀ? ਇਹਨੂੰ ਬਾਈ ਸੂਈ ਨੂੰ ਅੱਜ ਹੋ ਗਿਆ 7-8ਵਾਂ ਦਿਨ। ਠੀਕ ਆ। ਦੁੱਧ 15 ਲੀਟਰ ਅੱਜ ਹਾਜ਼ਰ ਆ। ਠੀਕ ਆ। ਠੀਕ ਆ। ਇਹ ਤੀਜਾ ਸੂਆ ਸੂਈ ਵੀ ਆ। ਯਾਨੀ ਕਿ 15 ਕਿਲੋ ਦੁੱਧ ਅੱਜ ਹਾਜ਼ਰ ਆ, 17-18 ਕਿਲੋ ਦੀ ਮਾਲਕਣ ਹੈਗੀ ਆ ਇਹ। ਠੀਕ ਆ ਬਾਈ। ਹਾਂ ਆਹ ਇਹਦਾ ਬੱਚਾ ਹੈਗਾ ਬੈਠਾ ਜਿਹੜਾ ਇੱਧਰ ਬੈਠਾ। ਹਾਂ ਦੁੱਧ ਗਾ 17-18 ਕਿਲੋ ਦੇ ਦੋ, ਮੂਹਰਲੇ ਖਾਂਦੀ ਹੈ ਤਿੱਲ ਆ। ਠੀਕ ਹੈ। ਇੱਕ ਥਾਂ ਤੋਂ ਤਿੱਲ ਆ, ਮੂਹਰਲੇ ਜਮਾਂਦਰੀ ਤਿੱਲ ਆ ਗੱਲ ਮਕਾ। ਠੀਕ। ਹਾਂ ਮੁੱਲ ਬਾਈ ਇਹਦਾ? ਮੁੱਲ ਬਸ ਇਹਦਾ ਆਪਾਂ 35 ਕਰਦੇ ਆ ਡਾਕਟਰ, 32 ਦੀ ਦੇ ਦਿਆਂਗੇ ਆਪਾਂ। 35,000 ਰੁਪਇਆ ਮੁੱਲ ਆ, 32,000 ਦੀ ਬਾਈ ਕਹਿੰਦਾ ਦੇ ਦਿਆਂਗੇ। ਖਾਣੇ ਬਾਈ ਨੇੜ ਤੋਂ ਚੈੱਕ ਕਰਵਾਉਣੇ, ਆਰਡਰ ਦੀ ਕੁਆਲਿਟੀ ਨੇੜ ਤੋਂ ਚੈੱਕ ਕਰ ਲਓ। ਚੰਗੀ ਆ ਬਸੀ, ਬਹੁਤ ਫੈਲਣ ਵਾ ਤੋਂ ਬਾਈ ਤਿੱਲ ਆ, ਬਾਕੀ ਤਿੰਨੇ ਸਹੀ ਚੱਲਦੇ ਆ ਜਮਾ ਓਕੇ ਦੀ ਰਿਪੋਰਟ। ਚਵਾਈ ਬਹੁਤ ਚੰਗੀ ਆ, ਦੁੱਧ ਵੀ 15 ਲੀਟਰ ਹੋਣਾ ਇਸ ਟਾਈਮ ਹਾਜ਼ਰ ਆ। ਠੀਕ ਆ। ਅੱਜ ਦਿਨ 8ਵਾਂ, ਹਜੇ ਬੋਲੀ ਕੱਚੀ ਆ। ਖੋਲ ਲਓ ਬਾਈ 4 ਨੰਬਰ। ਕੀ ਡਿਟੇਲ ਆ ਜੀ ਇਹਦੀ? ਡਿਟੇਲ ਆ ਬਾਈ ਇਹ ਪਹਿਲਾ ਸੂਆ ਸੂਈ ਵੀ ਆ ਦੇਖਾ। ਦੁੱਧ ਹੁਣ ਇਹਦੇ ਥੱਲੇ 9 ਤੇ 10 ਦੇ ਵਿਚਾਲੇ ਹੈਗਾ ਹਾਜ਼ਰ ਜਿਹੜਾ। ਠੀਕ ਆ ਬਾਈ। ਇਹਨੂੰ ਸੂਈ ਨੂੰ ਅੱਜ 4ਵਾਂ ਦਿਨ ਹੋਇਆ ਆ ਬੱਚਾ ਇਹਦਾ। ਹੈਗਾ ਹਾਂ 4ਵੇਂ ਦਿਨ ਦੀ ਇਹ ਸੂਈ ਵੀ ਆ। ਠੀਕ ਆ ਬਾਈ। ਤੇ ਚਵਾਈ ਚੁਈ ਦੀ ਇੰਨੀ ਚੰਗੀ ਆ ਜਿੰਨੀ ਵੀ ਕਹਦੇ। ਥੋੜਾ ਜਿਹਾ ਬੱਸੀ ਨਾ ਸੇਵਾ ਚ ਨਹੀਂ ਆਈ ਵੀ ਭੁੱਖੀ ਮਰਦੀ ਲੈਂਦੀ ਆ ਜਮਾ। ਠੀਕ। ਦੁੱਧ ਇਹ 12-13 ਕਿਲੋ ਹਾਜ਼ਰ ਦਿਓ। ਤੇ ਮੁੱਲ ਇਹਦਾ ਬਾਈ? ਮੁੱਲ ਇਹਦਾ ਵਾ 25,000 ਆ, 24 ਦੀ ਦੇ ਦੇਵਾਂਗੇ। ਠੀਕ ਆ। 25,000 ਮੂਹਰਲੇ ਥਾਂ ਦੀ ਇਹ ਤਿੱਲ ਆ। ਮੂਹਰਲੇ ਥਾਂ ਦੀ ਤਿੱਲ ਆ, ਮੂਹਰਲੇ ਥਾਂ ਦੀ ਤਿੱਲ ਆ। ਦੁੱਧ ਇਹ 12-13 ਕਿਲੋ ਹਾਜ਼ਰ ਦਿਓ। ਆਰਡਰ ਦੇਖ ਲਓ ਬਾਈ ਨੇੜੇ ਤੋਂ, ਥਾਣ ਤੋਂ ਚੰਗਾ ਲੱਗਦਾ। ਥਾਣ ਤੋਂ ਬਹੁਤ ਚੰਗਾ, ਚਵਾਈ ਵੀ ਨਾ ਬਾਈ ਪਰਲੇ ਤੋਂ ਇਹ ਕਿਆ ਬਾਤ ਹੈ, ਚਵਾਈ ਵੀ ਦੇ ਜੀ। ਦੇਖੋ ਜੀ ਲੈ ਐ ਵਰਦੀ ਆ ਤਾਂ ਮੋਗੇ ਹੋ ਗਏ। ਚਵਾਈ ਚੰਗੀ ਆ ਨਾ, ਕਿਆ ਬਾਤ ਹੈ ਬਾਈ ਚਵਾਈ ਹੋਈ ਤਾਂ ਜੀ। ਠੀਕ ਆ। ਮੁੱਲ ਦਾ 24? ਮੁੱਲ ਦਾ 25-24 ਦੀ ਆਪਾਂ ਦੇ ਦਾਂਗੇ। ਦੁੱਧ 12-13 ਕਿਲੋ ਹਾਜ਼ਰ ਦੇਊ। ਠੀਕ ਆ ਬਾਈ। ਅੱਗੇ ਬਾਈ 5 ਨੰਬਰ, ਕੀ ਡਿਟੇਲ ਆ ਜੀ? ਇਹ ਬਾਈ ਰਾਸੂਈ ਆ। ਠੀਕ ਆ। ਠੀਕ ਆ। ਬੌਲਾ ਸਾਫ ਆ, 4 ਲੀਟਰ ਤੜਕੇ ਨੇ ਕੱਢਿਆ। ਠੀਕ ਆ। ਮਾਂਗਰ ਬੱਸੀ ਆ ਦੇ ਬੱਚੀ ਆ। ਠੀਕ। ਗਰਨਾਸਲ ਦੀ ਬੱਸੀ ਆ। ਤੇ ਰਾਤੀ ਇਹ ਸੂਈ ਆ, ਦੁੱਧ ਇਹ ਦੇਊਗੀ 12-13 ਕਿਲੋ ਜਮਾ ਠੰਡਾ। ਖੋਲ ਲਾ ਬਾਈ ਤੋਰ ਦੇ ਨੂੰ। ਤੇ ਫੈਟ ਬਹੁਤ ਚੰਗੀ ਆਉਗੀ? ਫੈਟ ਪੂਰੀ ਆਉਗੀ, ਫੈਟ ਤਾਂ ਮਤਲਬ ਇਹਦੀ ਦੁੱਧ ਦਾ 45-46 ਰੁਪਏ ਹਾਜ਼ਰ ਪੈਣਾ ਚਾਹੀਦਾ। ਗਰਮੀ ਇਹਨੇ ਜਮੀ ਨਹੀਂ ਮੰਨਣੀ ਹਨਾ, ਗਰਮੀ ਜਮਾ ਨਹੀਂ ਮੰਨਣੀ। ਬਾਕੀ ਸਿਰੇ ਗੱਲ ਇਹ ਆ ਡਾਕਟਰ, ਕੋਈ ਇਹਨੂੰ ਮਸ਼ਟੈਕ ਨਹੀਂ ਹੁੰਦੀ, ਕੋਈ ਵੀ ਦਿੱਕਤ ਆ ਜੇ ਗਾਂ ਨੂੰ ਆਪਾਂ ਉਹ ਦੇਣ ਦਾ ਰੈਂਸ ਦੇ ਦੋ। ਠੀਕ ਆ। ਬਾਕੀ ਦੁੱਧ ਵੀ 12-13 ਕਿਲੋ ਇਹ ਖੁੱਲਾ ਪਾ ਦੂ ਜਮਾ। ਮੁੱਲ ਇਹਦਾ? ਮੁੱਲ ਇਹਦਾ ਆਪਾਂ 30 ਕਰਦੇ ਆ, 28 ਦੀ ਦੇ ਦਿਆਂਗੇ। ਠੀਕ ਆ। ਮੁੱਲ ਬਾਕੀ ਹਜੇ ਤਾਂ ਬਾਹਲੇ ਵੀ ਸਾਫ ਆ, ਕੱਲ ਹੀ ਸੂਈ ਸੀ ਇਹ। ਠੀਕ ਆ। 28,000 ਦੀ ਬਾਈ ਕਹਿੰਦਾ ਬੈਠ ਦੇ ਦਾਂਗੇ ਆਰਡਰ। ਚੰਗਾ ਥਣ ਨੇੜ ਤੋਂ ਚੈੱਕ ਕਰ ਲਓ। ਬੱਚਾ ਬਾਈ ਮਗਰ ਬੱਚੀ ਆ। ਠੀਕ ਆ। ਗਿਆਰ ਨਸਲ ਦੀ ਹਨਾ। ਹਾਂ ਇਹ ਥੋੜਾ ਜਿਹਾ ਉਪਰਾਇਆ ਕਰਕੇ ਨਾ ਰਾਤ ਹੀ ਸੂਈ ਜਾਂਦੀ ਕਰਦੀ ਆ। ਅੱਛਾ ਅੱਗੇ ਬਾਈ ਲਾਸਟ ਇਹਦਾ 1 ਮਹੀਨਾ ਅੱਜ ਸਹੀ ਰਹਿ ਗਿਆ ਸੂਣ ਦਾ। ਓਕੇ। ਇੱਕ ਥਾਂ ਤੋਂ ਇਹ ਮਗਰਲੇ ਤੋਂ ਤਾਰ ਜੀ ਵੱਜ ਗਈ ਸੀ ਤੈਲਾ। 1 ਮਹੀਨਾ ਸਹੀ ਸੂਣ ਦਾ ਰਹਿੰਦਾ, ਆਪਣੀ ਜ਼ਿੰਮੇਵਾਰੀ ਆ।
ਜੇ ਕੋਈ ਉਹ ਜਿਹਾ ਵੀਰ ਭਾਈ ਲੈ ਲੂ ਤਾਂ ਇਹਨੂੰ ਆਪਾਂ ਉਹ ਜਿਹੇ ਭਾਅ ਨਾ ਦੇ ਦਿਆਂਗੇ। ਗਾਂ ਸੂ ਕੇ ਸਮਝ ਲਾ ਵੀ ਉਹਦੇ 25-26 ਹਜ਼ਾਰ ਦੀ ਵਿਕ ਜੂ। ਕੱਚੀ ਜਰੂਰ ਆ ਇੰਨਾ ਕੁ ਬਾਈ ਕੋਲ ਸੀਗੇ ਤੁਹਾਨੂੰ ਸਾਰੀ ਦਿਖਾਤੇ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।